بسم اللہ الرحمن الرحیم. السلام علیکم ویورز، کیسے ہیں آپ سب؟ آپ کا بلاگ میں شروع کر رہی ہوں. ہمارے چینل کو سب نے زیادہ سے زیادہ لائک کرنا، شیئر کرنا، سبسکرائب کرنا، ویڈیو کو پورا واچ کرنا. تو میں بلاگ کا آغاز کرتی ہیں. بلاگ میں نے پہلے بنائے ہوئے اینٹری اس وقت کر رہی ہوں، تو ویڈیو کی اینٹری نہیں تھی. میں نے کہا چلو اس وقت اینٹر کر لیتے ہیں، تو اس جگہ نا جہاں میں بیٹھی ہوں لائٹ نہیں ہے. تو چلو جی بلاگ کا آغاز کرتے ہیں. ਕੋਈ ਸਬਜ਼ੀ ਨਾ ਕਹਿੰਦੇ ਭਿੰਡੀਆਂ ਖਾਣੀਆਂ, ਨਾ ਬੇਂਗਣ ਖਾਣੇ, ਨਾ ਆਪਣਾ ਕੱਦੂ ਖਾਣੇ, ਨਾ ਟੀਂਡੇ ਖਾਣੇ, ਕੋਈ ਸਬਜ਼ੀ ਨਹੀਂ ਖਾਂਦੇ. ਮੈਂ ਕਿਹਾ ਚਲੋ ਇੱਕ ਆਇਆ ਕੱਪ ਅਸੀਂ ਚਾਵਲਾਂ ਦਾ ਬਣਾ ਲਈਏ, ਰੱਜ ਕੇ ਖਾ ਲਈਏ. ਚੀਜ਼ਾਂ ਸਾਰੀਆਂ ਤਿਆਰ ਕਰ ਲਈਆਂ, ਸਿਰਫ ਟਮਾਟਰ ਨਹੀਂ ਹੈ ਮੇਰੇ ਕੋਲ. ਮੈਂ ਨਾਲ ਬੈਠ ਕੇ ਛਿਲ ਕੇ ਕੱਟਾਂਗੀ. ਇੱਧਰ ਮੇਰੀ ਬਰਤਨ ਧੋ ਰਹੀ ਆ, ਮੈਂ ਅਤੇ ਮਾਰਤ ਨਾਲ ਵਲੋਗਿੰਗ ਕਰ ਰਹੇ ਹਾਂ. ਅਤੇ ਚੀਜ਼ਾਂ ਕਟਾਉਂਦੇ ਹਾਂ, ਓਇਲ ਪਾਉਂਦੇ ਹਾਂ ਅਤੇ ਚਾਵਲ ਬਣਾਉਂਦੇ ਹਾਂ. ਅਤੇ ਥੋੜ੍ਹਾ ਜਿਹਾ ਪਾਣੀ ਵਿੱਚ ਕੀ, ਅਤੇ ਥੋੜ੍ਹੀ ਜਿਹੀ ਚਾਹ ਮੈਂ ਬਣਾਈ ਅੱਧਾ ਕੱਪ, ਇਹ ਥੋੜ੍ਹੀ ਜਿਹੀ ਪੀਊਂਗੀ ਅਤੇ ਫਿਰ ਆਪਣਾ ਕੰਮ ਕਰਾਂਗੇ. ਅੱਛਾ ਜੀ, ਪਿਆਜ਼ ਅੱਛੀ ਤਰ੍ਹਾਂ ਕੱਟ ਲਿਆ, ਚਿਕਨ ਪਿਓ ਰੱਖਿਆ ਧੋ ਕੇ, ਅਤੇ ਇਸ ਸਾਈਡ 'ਤੇ ਓਇਲ ਪਾ ਲਿਆ. ਦੇਖ ਜੀ, ਛੋਨੇ 'ਚ ਪਾਉਂਦੇ ਹਾਂ ਪਿਆਜ਼, ਗਰਮ ਹੋ ਗਿਆ ਅੱਛੀ ਤਰ੍ਹਾਂ ਓਇਲ. ਚਨੇ ਅਤੇ ਚਿਕਨ ਅੱਛੀ ਤਰ੍ਹਾਂ ਭੁੰਨ ਕੇ ਪਾਣੀ ਪਾਤਾ, ਅਸੀਂ ਪਾਣੀ ਬੋਇਲ ਹੋ ਗਿਆ ਅਤੇ ਚਾਵਲ ਪਾ ਕੇ ਫਿਰ ਪਾਣੀ ਖੁਸ਼ਕ ਹੁੰਦਾ ਅਸੀਂ ਦਾਨ ਦਿੰਦੇ ਹਾਂ, ਫਿਰ ਮਜ਼ੇਦਾਰ ਜਿਹਾ ਚਾਵਲ ਬਣਾ ਕੇ ਦਿੰਦੇ ਹਾਂ. ਇਹ ਮੋਟਰ ਚਲਾਈ ਸੀ, ਕੀ ਕੀਤਾ ਤੇ ਕਿਸੇ ਚੀਜ਼ 'ਚ ਪਾਣੀ ਪੈ ਗਿਆ, ਤਾਂ ਫਿਰ ਪਾਪਾ ਗੁੱਸੇ ਹੋਣਗੇ. ਅੱਛਾ ਅੱਛਾ, ਚਲੋ ਕੂਲਰ ਬਰਫ਼ ਪਾ ਕੇ ਨਾ ਕੂਲਰ ਪਾਣੀ ਵਾਲਾ ਇਸ ਸਾਈਡ 'ਤੇ ਲੈ ਕੇ ਆਓ, ਇਸ ਜਗ੍ਹਾ ਇਸ ਪਾਸੇ ਨਾ ਠੰਡੀ ਆ. ਅਤੇ ਦੂਸਰਾ ਉਹਨੂੰ ਕਿਹਾ ਪਲੇਟਾਂ ਚਮਚੀਆਂ ਲੈ ਕੇ ਆਓ, ਤਾਂ ਚਾਵਲ ਇਸ ਸਾਈਡ 'ਤੇ ਲਿਆ ਕੇ ਬੈਠ ਕੇ ਖਾਈਏ. ਜ਼ਿਆਨ ਦੇਖੋ ਗੇਂਦ ਕਿੱਧਰ ਗਿਰਾ ਦੀ ਆ, ਇਹਨੂੰ ਮੋਟਰਸਾਈਕਲ ਉਹ ਸਾਈਡ 'ਤੇ ਕਰ ਦੀਵਾਰ ਦੇ ਨਾਲ, ਇੱਥੇ ਜ਼ਿਆਨ ਆਪਣੇ ਉੱਪਰ ਸਿੱਟ ਲਊਗਾ, ਉਹ ਉੱਥੇ ਦੀਵਾਰ ਦੇ ਨਾਲ ਕਰਕੇ ਆ. ਜ਼ਿਆਨ ਆਪੀ ਨੂੰ ਬੁਲਾ ਕੇ ਲਿਆ, ਜ਼ਿਆਨ ਆਪੀ ਨੂੰ. ਮੇਰਾ ਭਰਾ
ਚਾਹ ਅੱਛਾ ਜੀ ਇਹ ਮਾਲ ਜ਼ੁਬਾਨ ਸਾਰੀ ਪੱਕੀ ਹੋਈ ਆ, ਅਦਨ ਕੋਲੋਂ ਖਾਣਾ ਨਹੀਂ ਖਾਧਾ ਜਾਂਦਾ ਤੇ ਮੇਰੀ ਵੀ ਸਾਰੀ ਜ਼ੁਬਾਨ ਪੱਕੀ ਹੋਈ, ਮੇਰੇ ਤੋਂ ਵੀ ਨਹੀਂ ਖਾਧਾ ਜਾਂਦਾ। ਇਸ ਕਰਕੇ ਅਸੀਂ ਬਗੈਰ ਮਿਰਚਾਂ ਦੇ ਚਾਵਲ ਬਣਾਏ ਅੱਜ। ਅੱਛਾ ਬੇਟਾ ਤੇਰਾ ਪਲੇਟ ਓਏ ਹੋਏ ਤਾਂ ਕਹਿ ਰਿਹਾ ਮੇਰਾ ਪਲੇਟ। ਚਲੋ ਜੀ ਆ ਪਾ ਲਏ ਚਾਵਲ, ਇਹਨਾਂ ਨੂੰ ਕਰਦੇ ਹਾਂ ਕਵਰ। ਬੈਠ ਕੇ ਮਾਂ ਮੁੰਜੇ ਵੀ ਪਾਣੀ ਦੇ ਬੇਟਾ, ਜਿਆਂ ਠੰਡੇ ਹੋ ਜਾਣ ਤਾਂ ਫਿਰ ਮੈਂ ਜਿਆਂ ਨੂੰ ਖਿਲਾਉਂਦੀ। ਬਹੁਤ ਜ਼ਿਆਦਾ ਗਰਮ ਆ ਲਈ ਉਹਨੇ ਦਮ ਖੋਲ੍ਹੇ ਦਿਨ ਪੰਜ ਨਾ। ਤੇਰਾ ਪੇਟ ਤੂੰ ਮੇਰੇ ਨਾਲ ਖਾ ਲਾ, ਤੇਰਾ ਹੀ ਪੇਟ ਆ ਤੇਰਾ ਪੇਟ ਆ। ਅੱਛਾ ਜੀ ਜਿਆਨ ਕਹਿ ਰਿਹਾ ਮੇਰਾ ਪਲੇਟ ਇੱਥੇ ਹੋ ਗਿਆ। ਚਲੋ
ਚਲੇ ਜੀ ਠੰਡੇ ਹੋ ਜਾਂਦੇ ਖਾਦੇ ਹਾਂ ਚਾਵਲ ਬਣਾ ਦੀਆਂ ਆਪ ਵੀ ਖਾਏ। ਅੱਛਾ ਜੀ ਯਾਰ ਕਹਿ ਰਿਹਾ ਗਾਇਸ ਟੈਪ ਕਰ ਲਓ ਇਹ ਦੇਖੇ ਇਹ ਲਾਈਨ ਕਾ ਬੋਲ ਦਾ ਲਾਇਆ ਮਮਾ ਨਾ ਚਲ ਕਹਿ ਹਾਂ ਟੈਪ ਟੈਪ ਕਰ ਲਓ ਗਾਇਸ ਟੈਪ ਕਰ ਲਓ ਲਾਲ ਲਾਲ ਆ ਅਰੇ ਬੋਲ ਤੇ ਇਹ ਕਹਿੰਦਾ ਚਲਾ ਕੇ ਦੋ ਮੈਨੂੰ ਅੱਛਾ ਚਲਾਉਂਦੇ ਆ ਮੈਂ ਮੋਟਰਸਾਈਕਲ ਖੜਾ ਕਰਕੇ ਆ ਇੱਧਰ ਜੇ ਬਾਹਰ ਇੱਥੇ ਆ ਜਾ ਥੋੜੀ ਮੇਰਾ ਹੈਗਾ ਅੱਛਾ ਜੀ ਚਾਵਲ ਖਾ ਲਏ ਅਤੇ ਨਮਾਜ਼ ਪੜ੍ਹ ਲਈ ਮਗਰਬ ਦੀ ਹੈ ਨਾ ਜ਼ਿਆਨ ਮੰਜੇ ਬਿਸਤਰੇ ਦੇ ਬੈਠੀ ਨਹੀਂ ਲਗਾਤੇ ਆ ਮਾਰਨੇ ਆ ਆਪਣਾ ਦੁੱਧ ਵਗੈਰਾ ਲਿਆ ਤਾਂ ਮਾਰਨੇ ਆਪਣੇ ਕੰਮ ਕੀਤੇ ਆ ਤਾਂ ਨਹੀਂ ਆਪਣੇ ਕੀਤੇ ਆ ਮੈਂ ਆਪਣੇ ਕੀਤੇ ਆ ਅਤੇ ਹੁਣ ਅਸੀਂ ਪੱਖਾ ਚਲਾਉਣਾ ਸੀ ਇਸ ਕਰਕੇ ਪੱਖਾ ਚਲਾਉਣ ਤੋਂ ਪਹਿਲੇ ਆਪਣੀ ਵੀਡੀਓ ਪੂਰੀ ਕਰ ਲਈਏ ਕੱਫਾ ਚਲਾਉਂਦੇ ਹਾਂ ਸਬਰ ਤਾਂ ਕਰ ਜਾ ਭਾਜੀ ਤੁਸੀਂ ਆਹ ਫਿਰ ਇਸ ਟਾਈਮ ਸੈਕਲੀ 'ਤੇ ਬੈਠਾ ਹਾਲੇ ਜਗ੍ਹਾ ਨਾ ਮਾਰਦਾ ਕਰਦਾ ਕੀ ਹੈ ਅੱਜ ਸੁਬਹਾ ਦੀ ਇਹਨੂੰ ਦੋ ਤਿੰਨ ਵਾਰੀ ਨਾ ਆਹ ਪਾਸੇ ਅੱਛਾ ਜੀ ਮੈਂ ਗੱਲ ਕਹਿਣਾ ਚਾਹੁੰਦੀ ਸੀ ਸਾਡੀ ਬਹੁਤ ਹੀ ਪਿਆਰੀ ਭੈਣ ਆ ਗੁਲਸ਼ਨ ਆਪੀ ਜਿਨ੍ਹਾਂ ਨੇ ਸਾਨੂੰ ਪਾਰਸਲ ਵੀ ਭੇਜਿਆ ਸੀ ਅਤੇ ਕਾਫੀ ਭੈਣ ਭਾਈਆਂ ਨੂੰ ਪਤਾ ਵੀ ਹੈ ਇਸ ਚੀਜ਼ ਦਾ ਸ਼ੋਰ ਨਾ ਕਰ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ ਬਹੁਤ ਜ਼ਿਆਦਾ ਉਹਨਾਂ ਦੀ ਤਬੀਅਤ ਖਰਾਬ ਆ ਅਤੇ ਉਹਨਾਂ ਵਾਸਤੇ ਮੈਂ ਬਹੁਤ ਜ਼ਿਆਦਾ ਦੁਆ ਗੋਆਂ ਪੰਜ ਵਕਤ ਨਮਾਜ਼ ਪੜ੍ਹਦੀ ਹਾਂ ਅਤੇ ਹਰ ਨਮਾਜ਼ 'ਚ ਉਹਨਾਂ ਵਾਸਤੇ ਦੁਆ ਕਰਦੀ ਹਾਂ ਕਿ ਅੱਲਾਹ ਪਾਕ ਉਹਨਾਂ ਨੂੰ ਸਿਹਤ ਦੇਵੇ ਤੰਦਰੁਸਤੀ ਦੇਵੇ ਉਹਨਾਂ ਦੇ ਬੱਚਿਆਂ ਦੇ ਸਿਰ 'ਤੇ ਉਹਨੂੰ ਸਲਾਮਤ ਰੱਖੇ ਦੇਖੋ ਲੱਭਦੇ ਅਤੇ ਭੈਣ ਭਾਈ ਉਹਦੇ ਵਾਸਤੇ ਦੁਆ ਕਰਨ ਕਿ ਅੱਲਾਹ ਪਾਕ ਉਹਨੂੰ ਸਿਹਤ ਤੰਦਰੁਸਤੀ ਦੇਵੇ ਜਿਹੜਾ ਵੀ ਕੋਈ ਮਸਲਾ ਹੈ ਵਾਹ ਪੀਆ ਠੀਕ ਹੋ ਜਾਵੇ ਕਾਫੀ ਦੇਰ ਤੋਂ ਸਾਨੂੰ ਨਾ ਆਪ ਜੀ ਨੇ ਅੱਗੇ ਕਿਤੇ ਨਾ ਕੋਈ ਵਾਇਸ ਮੈਸੇਜ ਜਾਂ ਕਾਲ ਕਦੇ ਕਿਤੇ ਕਰ ਲੈਂਦੀ ਸੀ ਮਹੀਨੇ 'ਚ ਇੱਕ ਵਾਰੀ ਨਾ ਅਤੇ ਹੁਣ ਦੋ ਤਿੰਨ ਮਹੀਨੇ ਹੋ ਗਏ ਛੋਟੀ ਤੋਂ ਰੋਜ਼ਿਆਂ ਤੋਂ ਪਹਿਲੇ ਦਾ ਹੀ ਨਾ ਆਪੀ ਨੇ ਇੱਕ ਵਾਇਸ ਮੈਸੇਜ ਕੀਤਾ ਸੀ ਰਸੂਲਾਂ ਨੇ ਬੈਠੇ ਬੈਠੇ ਨੇ ਕਿਹਾ ਉਹਨੇ ਕਿਹਾ ਆਪੀ ਗੁਲਸ਼ਨ ਦੀ ਪਤਾ ਨਹੀਂ ਤਬੀਅਤ ਠੀਕ ਨਹੀਂ ਹੈ ਪਤਾ ਨਹੀਂ ਕੀ ਮਸਲਾ ਮੈਂ ਪੁੱਛਿਆ ਤਾਂ ਸਹੀ ਇਹਨਾਂ ਨੇ ਨਾ ਆਪੀ ਨੂੰ ਪੁੱਛਿਆ ਉਹਨਾਂ ਨੇ ਕਿਹਾ ਵੀ ਮੇਰੀ ਬਹੁਤ ਜ਼ਿਆਦਾ ਤਬੀਅਤ ਖਰਾਬ ਆ ਮੈਂ ਠੀਕ ਨਹੀਂ ਹੈਗੀ ਅਤੇ ਫਿਰ ਸਾਨੂੰ ਵੀ ਪਤਾ ਲੱਗ ਗਿਆ ਫਿਰ ਅਸੀਂ ਉਹਦੇ ਵਾਸਤੇ ਦੁਆ ਕਰਦੇ ਚੁੱਪ ਕਰ ਜਾ ਸ਼ੋਰ ਨਾ ਕਰ ਅਤੇ ਬਾਕੀ ਅਸੀਂ ਆਪਣੇ ਦੇਖਣ ਵਾਲੇ ਭੈਣ ਭਾਈਆਂ ਨੂੰ ਵੀ ਕਹਾਂਗੇ ਜਦੋਂ ਵੀ ਨਮਾਜ਼ ਪੜ੍ਹੀ ਆਪੀ ਗੁਲਸ਼ਨ ਵਾਸਤੇ ਉਹਦਾ ਨਾਮ ਲੈ ਕੇ ਜ਼ਰੂਰ ਦੁਆ ਕਰਿਓ ਕਿ ਅੱਲਾਹ ਪਾਕ ਉਹਨੂੰ ਸਿਹਤ ਤੰਦਰੁਸਤੀ ਦੇਵੇ ਉਹਦੀਆਂ ਮੁਸ਼ਕਲਾਂ ਹੱਲ ਕਰੇ ਉਹਦੀਆਂ ਪਰੇਸ਼ਾਨੀਆਂ ਦੂਰ ਕਰੇ ਅਤੇ ਉਹਨੂੰ ਸਿਹਤ ਯਾਦ ਕਰੇ ਠੀਕ ਹੈ ਨਾ ਇਹੀ ਮੈਂ ਆਪਣੇ ਭੈਣ ਭਰਾਵਾਂ ਨੂੰ ਕਹਿਣਾ ਸੀ ਦੇਖੋ ਕਿਸੇ 'ਤੇ ਵੀ ਕੋਈ ਮੁਸ਼ਕਿਲ ਵਕਤ ਨਾ ਆਵੇ ਅੱਲਾਹ ਪਾਕ ਸਭ ਨੂੰ ਸਿਹਤ ਤੰਦਰੁਸਤੀ ਦੇਵੇ ਸਭ ਦੇ ਵਾਲਦਿਆਂ ਨੂੰ ਅੱਲਾਹ ਪਾਕ ਸਿਹਤ ਤੰਦਰੁਸਤੀ ਦੇਵੇ ਅਤੇ ਆਪਣਾ ਬਸ ਹੁਣ ਇਹੀ ਮੈਂ ਗੱਲਾਂ ਜਿਹੜੀਆਂ ਕਹਿਣੀਆਂ ਸੀ ਕਹਿ ਦਿੱਤੀਆਂ ਵਾ ਮੇਰੀ ਬਹੁਤ ਹੀ ਪਿਆਰੀ ਭੈਣ ਆ ਅਤੇ ਹੁਣ ਬਾਕੀ ਆਪਣੇ ਵਲੌਗ ਦਾ ਐਂਡ ਕਰਦੇ ਹਾਂ ਅਤੇ ਇਨਸ਼ਾਅੱਲਾ ਸੁਬਹ ਨੂੰ ਬਹੁਤ ਹੀ ਅੱਛੇ ਵਲੌਗ ਆਪ ਸਾਡੇ ਆਉਣਗੇ ਦੋਨਾਂ ਚੈਨਲਾਂ 'ਤੇ ਅਤੇ ਅਤੇ ਜ਼ਰੂਰ ਦੇਖਿਓ ਜ਼ਰੂਰ ਵਾਚ ਕਰਿਓ ਹਾਂਜੀ ਅੱਛਾ ਅੱਛਾ ਮਾਰਨ ਤੂੰ ਨਾ ਕੁਛ ਵੀ ਕਹਿ ਅਤੇ ਜ਼ਿਆਨ ਬੇਟਾ ਤੁਸੀਂ ਮੈਨੂੰ ਪਾਣੀ ਪਿਲਾਓ ਚਾਵਲ